सत श्री अकाल जी, तुसी देख रहे हो लोक मसले चैनल। मैं थोड़े नाल हरविंदर सिंह। जिवें कि अजकल नौजवानों के विच विदेशों विच जाण दा जिहड़ा रुझान आ बहुत ज़्यादा वधिया होया है। हर एक चाहता है नौजवान कि मैं विदेश की धरती ते जावां, पर कुछ नौजवान हैं जो अपने पंजाब दे विच इदां दे भी मौजूद हैं जो हत्थी मेहनत करके अपना उरे कोई छोटा मोटा कारोबार जा अपना नाम है जो बनाना चाहते हैं। साढ़े नाल इक ये है ही नौजवान मौजूद है जिसका नाम है अमन। ओह मरिंडे दे विच उसने जो है एक वक्री ही किस्म की रैसपी जलंधर के मशहूर कुल्लड़ पीजा तो प्रेरित होकर जो उरे दुकान खोली है, असी थोड़ी मुलाकात कराते हाँ अमन दे नाल। असी उस तो पुछते हैं कि उसनू जो ये काम की है प्रेरणा किवें मिली। थैंक यू जी। तुसी ये थोड़े मन में किवें आया कि थोड़ा जिहड़ा थोनू इस तरह की कुल्लड़ पीजा के नाम का जो काम है मरिंडा दे विच करना चाहिए? ਭਾਅ ਜੀ ਜਿੱਦਾਂ ਕਿ ਆਪਾਂ ਮਾਰਕੀਟ ਵਿੱਚ ਦੇਖ ਰਹੇ ਹਾਂ ਬਰਗਰ ਹੋ ਗਏ, ਮਤਲਬ ਕਿ ਸੈਂਡਵਿਚ ਹੋ ਗਏ ਜਾਂ ਫਿਰ ਹੋਰ ਵੀ ਅਨੇਕ ਤਰ੍ਹਾਂ ਦੀ ਆਈਟਮਾਂ ਇੱਥੇ ਹੈਗੀਆਂ ਨੇ। ਅਤੇ ਮੈਂ ਸੋਚਿਆ ਸੀਗਾ ਮਰਿੰਡਾ ਵਾਸੀਆਂ ਨੂੰ ਮਤਲਬ ਕਿ ਯੂਨੀਕ ਟਾਈਪ ਦੀ ਮਤਲਬ ਕਿ ਆਈਟਮ ਦਿਖਾਈ ਜਾਵੇ ਜਿਸ ਦੇ ਵਿੱਚ ਕੁੱਲੜ ਪੀ ਜਾਈਏ। ਇਹ ਜਿਹੜੀ ਰੈਸਪੀ ਹੈ ਇਹ ਇੱਕ ਬਹੁਤ ਮਤਲਬ ਸਿੱਖ ਕੇ ਜੋ ਟ੍ਰੇਨਡ ਟ੍ਰੇਨਿੰਗ ਦੀ ਵੀ ਲੋੜ ਪੈਂਦੀ ਹੈ ਇਸ ਦੇ ਵਿੱਚ। ਤੁਹਾਨੂੰ ਇਸ ਦੇ ਲਈ ਕਿਸ ਤਰ੍ਹਾਂ ਦੀਆਂ ਜੋ ਦਿੱਕਤਾਂ ਆਈਆਂ ਜਾਂ ਜੋ ਤਾਂ ਜੋ ਤੁਸੀਂ ਜੋ ਇਸ ਦੁਕਾਨ ਖੋਲ੍ਹਣ ਦੇ ਵਿੱਚ ਕਾਮਯਾਬ ਹੋਏ? ਭਾਅ ਜੀ ਦਿੱਕਤਾਂ ਤਾਂ ਤੁਹਾਨੂੰ ਪਤਾ ਹੀ ਹੈ ਜੀ, ਹਰੇਕ ਕੰਮ ਦੇ ਵਿੱਚ ਸ਼ੁਰੂ ਸ਼ੁਰੂ 'ਚ ਪ੍ਰੋਬਲਮ ਆਉਂਦੀ ਹੈ। ਇਸ ਦੀ ਮੈਂ ਟ੍ਰੇਨਿੰਗ ਲੈਣ ਵਾਸਤੇ ਮੈਂ ਦਿੱਲੀ ਜਾ ਕੇ ਆਇਆ, ਸਭ ਤੋਂ ਪਹਿਲਾਂ ਦਿੱਲੀ ਤੋਂ ਮੈਂ ਟ੍ਰੇਨਿੰਗ ਲਈ ਹੈ ਇਸ ਚੀਜ਼ ਦੀ। ਹਾਂਜੀ, ਤੁਸੀਂ ਸੁਣ ਸਕਦੇ ਹੋ ਕਿ ਇਹ ਨਾ ਇਸ ਨੌਜਵਾਨ ਉੱਦਮੀ ਨੌਜਵਾਨ ਨੇ ਜੋ ਦੁਕਾਨ ਆਪਣੀ ਕੁੱਲੜ ਪੀਜ਼ਾ ਦੇ ਨਾਮ ਨਾਲ ਖੋਲ੍ਹੀ ਹੈ, ਪਹਿਲਾਂ ਕਿਸ ਤਰ੍ਹਾਂ ਦਿੱਲੀ ਗਏ ਅਤੇ ਉੱਥੇ ਤੋਂ ਟ੍ਰੇਨਿੰਗ ਲਿੱਤੀ ਅਤੇ ਫਿਰ ਜੋ ਮਰਿੰਡੇ ਦੇ ਵਿੱਚ ਆਪਣਾ ਇੱਕ ਕਾਰੋਬਾਰ ਸਥਾਪਿਤ ਕੀਤਾ। ਆਪਾਂ ਇਹਨਾਂ ਤੋਂ ਹੋਰ ਵੀ ਜਾਣਦੇ ਹਾਂ ਕਿ ਜੋ ਇਹ ਕੁੱਲੜ ਪੀਜ਼ੇ ਦੇ ਬਾਰੇ ਆਪਾਂ ਨੂੰ ਜੋ ਹੈ ਵਿਸਥਾਰ ਨਾਲ ਦੱਸਣਗੇ ਜੀ ਕਿ ਇਹ ਕੁੱਲੜ ਜੋ ਪੀਜ਼ਾ ਹੈ ਇਹ ਹੁੰਦਾ ਅਸਲ ਵਿੱਚ ਕੀ ਹੈ? ਭਾਅ ਜੀ ਜਿੱਦਾਂ ਕਿ ਆਪਾਂ ਇੱਕ ਨੋਰਮਲ ਪੀਜ਼ਾ ਖਾਂਦੇ ਹਾਂ ਉਹਦੇ ਵਿੱਚ ਆਪਣਾ ਇੱਕ ਵੇਸ ਹੁੰਦੀ ਆ, ਪਰ ਇਸ ਦੇ ਵਿੱਚ ਜਿਹੜੀ ਵੀ ਆਪਣੀ ਵੇਸ ਹੁੰਦੀ ਆ ਕੋਈ ਨੋਰਮਲ ਪੀਜ਼ੇ ਦੀ ਉਹ ਸਾਰੀ ਕਟਿੰਗ ਕਰਕੇ ਇਹਦੇ ਵਿੱਚ ਆ ਜਾਂਦੀ ਆ। ਉਸਦੇ ਉੱਪਰ ਜਿੰਨੀਆਂ ਵੀ ਸੌਸਿਸ ਹੁੰਦੀਆਂ ਜੋ ਵੀ ਮਜਰੀਲਾ ਤੋਂ ਲੈ ਕੇ ਪਾਸਤਾ ਸੌਸ ਜੋ ਵੀ ਹੁੰਦੀ ਹੈ ਇਹ ਮੇਰੀਆਂ ਸਾਰੀਆਂ ਆਪਣੀਆਂ ਬਣਾਈਆਂ ਹੋਈਆਂ। ਅਤੇ ਇਸ ਦੇ ਵਿੱਚ ਦੱਸ ਦਵਾਂ ਜਿਹੜਾ ਇੱਕ ਕੁੱਲੜ ਆ, ਕੁੱਲੜ ਦੇ ਵਿੱਚ ਤੁਹਾਨੂੰ ਇੱਕ ਮਿੱਟੀ ਦੀ ਸਮੈਲ ਜਾਂ ਮਿੱਟੀ ਦੇ ਟੇਸਟ ਵਰਗਾ ਸਮੋਕੀ ਟਾਈਪ ਦਾ ਤੁਹਾਨੂੰ ਟੇਸਟ ਆਉਂਦਾ ਇਹਦੇ ਵਿੱਚ। ਇਹਦਾ ਬੜਾ ਪਿਆਰਾ ਟੇਸਟ ਬਣ ਜਾਂਦਾ, ਮਤਲਬ ਕਿ ਇੱਕ ਤਰ੍ਹਾਂ ਦੇ ਜੋ ਮੀਡੀਅਮ ਤੋਂ ਜੋ ਪੀਜ਼ਾ ਹੁੰਦਾ ਪੂਰੇ ਦਾ ਪੂਰਾ ਇਸ ਕੁੱਲੜ ਵਿੱਚ ਆ ਜਾਂਦਾ। ਹਾਂਜੀ, ਜਿਹੜਾ ਤੁਹਾਡਾ ਇਹ ਕੁੱਲੜ ਪੀਜ਼ੇ ਦੇ ਨਾਮ ਨਾਲ ਤੁਸੀਂ ਇਹ ਦੁਕਾਨ ਆਪਣੀ ਰੈਸਪੀ ਦੀ ਮਰਿੰਡੇ ਦੇ ਵਿੱਚ ਖੋਲ੍ਹੀ ਹੈ, ਇਹ ਕਿੱਥੇ ਕੁ ਸਥਿਤ ਹੈ? ਇਹ ਆਪਣਾ ਜੀ ਕਮੇਟੀ ਦਫ਼ਤਰ ਆ, ਮਿਊਂਸੀਪਲ ਕਾਰਪੋਰੇਸ਼ਨ ਦਾ ਦਫ਼ਤਰ, ਉਹਦੇ ਬਿਲਕੁਲ ਹੀ ਗੇਟ ਰਿਹਾ ਪਿੱਛੇ ਤੁਸੀਂ ਦੇਖ ਸਕਦੇ ਹੋ। ਇਹ ਮੇਨ ਬਾਜ਼ਾਰ ਆ, ਸਾਹਮਣੇ ਸਾਡਾ ਹੈਗਾ ਸਨਾਤਨ ਧਰਮ ਮੰਦਿਰ। ਇਹ ਬਲੈਕਸ ਪੀਜ਼ਾ ਦੇ ਨਾਂ ਤੋਂ ਬੋਰਡ ਲੱਗੇ ਤੁਹਾਨੂੰ ਦਿਖ ਜਾਣਗੇ, ਉਹਦੇ ਨਾਲ ਕੁੱਲੜ ਪੀਜ਼ੇ ਦਾ ਬੋਰਡ ਲੱਗਿਆ ਹੋਇਆ ਅਤੇ ਮੇਰੀ ਦੁਕਾਨ ਦੇ ਨਾਲ ਬਿਲਕੁਲ ਟਰਾਂਸਫਾਰਮਰ ਆ ਜੀ, ਮਤਲਬ ਕਿ ਦਫ਼ਤਰ ਕਮੇਟੀ ਦਫ਼ਤਰ ਬਿਲਕੁਲ ਨਾਲ ਆ ਗੇਟ ਦੇ ਉੱਪਰ। ਇਹਦੇ ਵਿੱਚ ਜਿੰਨੀਆਂ ਵੀ ਸੌਸ ਵਗੈਰਾ ਯੂਜ਼ ਹੁੰਦੀਆਂ ਉਹ ਮੇਰੀਆਂ ਸਾਰੀਆਂ ਖੁਦ ਦੀਆਂ ਬਣਾਈਆਂ ਹੋਈਆਂ, ਕੋਈ ਰੇਡੀਮੇਡ ਨਹੀਂ ਹੈਗੀ। ਇਹਦੇ ਵਿੱਚ ਕੋਈ ਮਤਲਬ ਕਿ ਖਰਾਬ ਤੇਲ ਨਹੀਂ ਯੂਜ਼ ਹੁੰਦਾ, ਤੁਸੀਂ ਦੇਖੋ ਪਿੱਛੇ ਇਹਦੇ ਵਿੱਚ ਜਿਹੜੀ ਚੀਜ਼ ਵੀ ਆ ਮੈਂ ਅਮੂਲ ਦੀ ਯੂਜ਼ ਕਰਦਾ, ਕੋਈ ਡੁਪਲੀਕੇਟ ਨਹੀਂ ਹੈਗੀ ਇਹਦੇ ਵਿੱਚ ਚੀਜ਼, ਇਹ ਅਮੂਲ ਦੀ ਮਤਲਬ ਕਿ ਚੀਜ਼ ਯੂਜ਼ ਹੁੰਦੀ ਆ, ਪੂਰੀ ਸਫਾਈ ਦਾ ਧਿਆਨ ਦਿੱਤਾ ਜਾਂਦਾ। ਅਤੇ ਦੇਖੋ ਇੱਧਰ ਕੈਪਸੀਕਮ ਹੋ ਗਿਆ, ਅਨੀਅਨ ਹੋ ਗਏ, ਕੋਰਨ ਹੋ ਗਏ, ਇਹ ਸਾਰਾ ਮਤਲਬ ਕਿ ਬਹੁਤ ਸਫਾਈ ਵਿੱਚ ਕੱਟਿਆ ਜਾਂਦਾ, ਇਹਦੇ ਵਿੱਚ ਕੋਈ ਮਤਲਬ ਕਿ ਬਾਹਰ ਦੀ ਇਹੋ ਜਿਹੀ ਜਿਹੜੀ ਤੁਹਾਡੀ ਸਿਹਤ ਨੂੰ ਖਰਾਬ ਕਰੇ। ਤੁਸੀਂ ਸੁਣਿਆ ਇਹਨਾਂ ਦਾ ਕਹਿਣਾ ਕਿ ਜੋ ਪ੍ਰੋਡਕਟ ਹੈ ਬਹੁਤ ਹਾਈਜੀਨਿਕ ਤਰੀਕੇ ਦੇ ਨਾਲ ਹੈ ਜੋ ਤਿਆਰ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਸਾਰਾ ਜੋ ਚੀਜ਼ ਵਗੈਰਾ ਹੈ ਉਹ ਵੀ ਅਮੁੱਲ ਦਾ ਅਤੇ ਹੋਰ ਵੀ ਸਾਫ਼ ਸਫਾਈ ਦਾ ਹੈ ਜੋ ਪੂਰਾ ਧਿਆਨ ਰੱਖਿਆ ਜਾਂਦਾ ਹੈ। ਮੈਂ ਆਪਣੇ ਹੋਰ ਵੀ ਜੋ ਨੌਜਵਾਨ ਹਨ ਪੰਜਾਬ ਦੇ ਵਿੱਚ ਜੋ ਬੇਰੁਜ਼ਗਾਰੀ ਦਾ ਦਾਅਵਾ ਜ਼ਿਆਦਾਤਰ ਕਰਦੇ ਰਹਿੰਦੇ ਹਨ ਕਿ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੈ, ਉਹਨਾਂ ਨੂੰ ਵੀ ਇਹ ਜੋ ਨੌਜਵਾਨ ਉੱਦਮੀ ਨੌਜਵਾਨ ਉਹਨਾਂ ਤੋਂ ਪ੍ਰੇਰਨਾ ਲੈ ਕੇ ਕੋਈ ਛੋਟੇ ਮੋਟੇ ਰੁਜ਼ਗਾਰਾਂ ਦੀ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜੋ ਸਕਣ। ਉੱਥੇ ਹੀ ਮੈਂ ਸਰਕਾਰਾਂ ਨੂੰ ਵੀ ਗੁਜ਼ਾਰਿਸ਼ ਕਰਦਾ ਕਿ ਇਹ ਉੱਦਮੀ ਨੌਜਵਾਨਾਂ ਦੀ ਸਰਕਾਰ ਨੂੰ ਵੀ ਪਹਿਲ ਦੇ ਆਧਾਰ 'ਤੇ ਮਦਦ ਕਰਨੀ ਚਾਹੀਦੀ ਹੈ, ਵਿਆਜ ਮੁਕਤ ਕਰਜ਼ੇ ਹੈ ਜੋ ਦੇਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਨੌਜਵਾਨ ਨੌਕਰੀਆਂ ਦੀ ਘਾਟ ਹੋਣ ਕਾਰਨ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਜੁੜੇ ਰਹੋ ਲੋਕ ਮਸਲੇ ਚੈਨਲ ਦੇ ਨਾਲ, ਧੰਨਵਾਦ। ਅਸੀਂ ਸਰ ਮਰਿੰਡੇ ਤੋਂ ਹੀ ਆਏ ਹਾਂ, ਦਰਪਣ ਕਰਾਉਣ ਲਈ ਜਾਂਦੇ ਹਾਂ ਜੀ, ਮਤਲਬ ਕਿ ਮਰਿੰਡੇ ਪੀਜ਼ਾ ਖਾਣ ਆਏ ਸੀਗੇ। ਅਤੇ ਜਦ ਮੈਂ ਪਹਿਲਾਂ ਕੋਈ ਹੋਰ ਸ਼ੋਰੂਮ 'ਚ ਵੜਿਆ ਉਹ ਮੈਨੂੰ ਕਹਿੰਦਾ ਵੀ ਯਾਰ ਇੱਕ ਕੁੱਲੜ ਪੀਜ਼ੇ ਵਾਲੇ ਵੀ ਆਏ ਉਹਦੇ ਵੀ ਉਹਨਾਂ ਕੋਲ ਟਰਾਈ ਕਰਕੇ ਆਉਣਾ। ਅਤੇ ਮਤਲਬ ਕਿ ਮੈਂ ਅੱਜ ਤੋਂ ਪਹਿਲਾਂ ਟਰਾਈ ਤਾਂ ਕਦੇ ਨਹੀਂ ਕਰਿਆ ਸੀਗਾ, ਬਸ ਫਿਰ ਮੈਂ ਉਹਦੇ ਕਹਿਣ 'ਤੇ ਆਇਆ। ਅਤੇ ਜਦ ਦੇਖਿਆ ਬਾਈ ਦਾ ਮਤਲਬ ਕਿ ਪੀਜ਼ਾ ਜਿਹੜਾ ਬਣਾਇਆ ਵਾ ਤਾਂ ਉਹਨੇ ਕੁੱਲੜ ਪੀਜ਼ਾ ਵਧੀਆ ਸੀਗਾ, ਟੇਸਟ 'ਚ ਸਾਰੇ ਵਧੀਆ ਲੱਗਿਆ ਮੈਨੂੰ ਮਟੀਰੀਅਲ ਅਤੇ
ਵਧੀਆ ਤਰੀਕੇ ਨਾਲ ਗਰਮ ਕੀਤਾ ਵਾ ਸੀਗਾ, ਜ਼ਿਆਦਾ ਓਵਰ ਹੀਟ ਨਹੀਂ ਤਾਂ ਵਧੀਆ ਲੱਗਿਆ ਜੀ ਸਾਰਾ।